वाहिगुरु जी का खालसा, वाहिगुरु जी की फतेह। लो जी, गुरु साहब के आशीर्वाद नाल आपां अज दा व्लॉग शुरू करन लगे हां। लो जी, मसी चले गए। अज बीबी ते राणी भैन जा रहे ने गुरुद्वारा साहब। देखो, सूरज देवता का उतों चानन होन लग गया, तो हले मूँह नेर आया है थोड़ा थोड़ा हल्का हल्का, पर बहुत वधिया लग रहा उपरों। देखो इधर तूड़ी भी करके लै गई। गुरु घर के दर्शन करो, इधर चिड़िया की चहचहाट इन्ना वधिया लग रहा सिर सिरे। इधर गुरुद्वारा साहब नेड़े आ गए आप घर के बिल्कुल। इधर पिछे अपने बैग पर घर बनया हुआ। इधर पिछे देखो खाली प्लॉट पिया। लो जी, हुण मैं पनीर खाण लगी हाँ, तो रोटी का घट करती, थोड़ी थोड़ी चीज़ खानी हुनी है मैं, जिमें एक बार पानी पी लिया घंटे बाद एक बार कुछ खा लैनी हाँ, तो जिमें रोटी घट की है राणी भैने, बाकी तो समान उ चलता फ्रूट फ्राट तो वेट तो फिर आप ही घटूगा है ना। हाँ, यह मैं हूँ चिया सीड्स भ्यो के रखे हुए थे वह पी ले, तो अलसी पी ली, अज वो रह गया एप्पल का सिरका, तो बाकी सारा तो ट्रीटमेंट कर दी है मैं आपका, हूँ देखते हैं चल कि चेर लगेगा है ना। हौली हौली पैंदा पैंदा ही फर्क पैंदा है, तो नहीं पैंदा है। सब्जी बनाने लग गए आप, मैं समान पूरा करना पहला जी। आप अपनी सारे की फेवरेट कढ़ाई, बहुत सारी भी लगे सब्जी तो बोलिया नहीं जा रहा कि लत से लगे तेल का ही तड़का लावांगे आप सरों के ना। आ पनीर आपने जमाया सी इन्ना क कट के, थोड़ा जहा मैं खा लिया, थोड़ा जहा न्याणे देता, जिहड़ा मेरी प्लेट च सीगा मैं सारा नहीं खादा हैगा, मेरे तो खादा नहीं गया हैगा, क्योंकि हुण थोड़ा जहा खाना घट करिया होया, फिर जिन्ना आप खाई जाने उन्नी ज्यादा भुख लगती है, जब घटा दे फिर नहीं भुख लगती है। तेल अपना गर्म हो चुका, थोड़ा जे आप जीरा पा दें, फिर आप देखो एन फुल सेक से करी हुई है, मैं कुछ भी नहीं मचता है, बहुत वधिया सब्जी बनती है, नाले मांजन नू साफ मिट भी करके आती है। बीबी ने चाह कर ली, एक जने ने कुछ कर लिया, किसी ने कुछ कर लिया, मैं कुछ कम नहीं बढ़िया करी, एक ने सब्जी बना ली। लो जी, अगे कोई कैमरा फड़न वाला नहीं होंगे इन्ना, तां करके मैं बिच नहीं आती हूँ, ठीक है अच्छे मैं बना रही हूँ। रानी भैन है गए मेरे, सारा कुछ कट लिया, उधर प्याज भी रल के
ਵਾਲੇ ਨਹੀਂ ਆਪਾਂ ਰਾੜਦੇ ਹੈਗੇ, ਇਹਨਾਂ ਨੂੰ ਕੱਚੇ ਹੀ ਰੱਖਾਂਗੇ ਥੋੜੇ ਹੋ ਗਏ ਬਰਾਊਨ ਜੇ ਤਾਂ। ਪਿਆਜ਼ ਅੱਧ ਕੱਚਾ ਜਿਹਾ ਹੋ ਗਿਆ, ਹੁਣ ਆਪਾਂ ਇਹਦੇ ਵਿੱਚ ਹਲਦੀ ਥੋੜ੍ਹੀ ਜਿਹੀ, ਲਾਲ ਮਿਰਚ ਪਾਊਡਰ ਬਸ ਥੋੜ੍ਹਾ ਜਿਹਾ ਨਮਕ, ਇੰਨਾ ਕੁ ਨਮਕ ਪਾਉਣੀ ਹੁੰਦੀ ਆ ਹੁਣ ਮੈਂ ਦਾਲ ਸਬਜ਼ੀ ਦੇ ਵਿੱਚ। ਅਤੇ ਬਾਕੀਆਂ ਦਾ ਜੇ ਕਿਸੇ ਨੂੰ ਲੋੜ ਹੁੰਦੀ ਆ ਤਾਂ ਅਚਾਰ ਲੈ ਲੈਂਦੇ ਨੇ, ਨਹੀਂ ਫਿਰ ਆਪਦਾ ਘੋਲ ਲੈਂਦੇ ਨੇ, ਵਿੱਚ ਕੁੱਕੀ 'ਚ ਘੋਲਣਾ ਔਖਾ ਹੋ ਜਾਂਦਾ। ਅਤੇ ਹੁਣ ਮਸਾ ਕੱਟਿਆ ਹੋਇਆ ਸਾਗ ਵਿੱਚ ਪਾ ਦਾਂਗੇ, ਅਤੇ ਫਿਰ ਸ਼ਿਮਲਾ ਮਿਰਚ, ਫਿਰ ਉਸ ਤੋਂ ਬਾਅਦ ਪਨੀਰ ਕੱਟ ਕੇ ਪਾ ਦਾਂਗੇ, ਢੱਕ ਕੇ ਰੱਖ ਦਿੰਦੇ ਫਿਰ ਟਮਾਟਰ ਆ ਨਾ ਹੋ ਜਾਣਗੇ। ਉਹਨੂੰ ਮੈਂ ਸਿਮ 'ਤੇ ਕਰਕੇ ਢੱਕ ਕੇ ਰੱਖ ਦਿੰਦੀ ਹਾਂ, ਉਹਨੇ ਟਮਾਟਰ ਗਲ ਜੇ ਜਾਣਗੇ ਉਹਨੇ ਆਪਾਂ ਪਨੀਰ ਕੱਟ ਲੈਂਦੇ ਹਾਂ। ਥੋੜ੍ਹੇ ਹੁਣ ਪਾਉਂਗੀ ਮੈਂ ਇਹਦੇ ਵਿੱਚ ਮੋਟੇ ਰੱਖ ਕੇ ਪਨੀਰ ਪਾਉਂਗੀ, ਬਾਲੇ ਪਤਲੇ ਵੀ ਨਹੀਂ ਕਰਦੀ, ਦੇਖੀ ਪੁਰ ਪੁਰ ਕਰਦਾ ਮੈਂ ਜਾਂਦੇ ਦੁੱਧ ਦਾ ਪਨੀਰ ਹੋਣ ਕਰਕੇ ਕਰਦਾ। ਹਾਂ ਕੀ ਚੰਗਾ ਵੀਰ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੁਹਾਨੂੰ, ਸਤਿ ਸ਼੍ਰੀ ਅਕਾਲ, ਚੰਗਾ ਤੁਹਾਨੂੰ ਵੀ ਬੁਲਾਈ ਆ, ਨਾ ਸ਼ਿੰਦਰ ਹੈਗੇ ਨੇ ਉੱਥੇ ਨਾਲ ਜਾਣਗੇ, ਫਿਰ ਤਾਂ ਜੀਰੀ ਲਾਉਣ ਲੱਗ ਜਾਂਦੇ ਨੇ, ਇੰਨੀ ਗਰਮੀ ਬਹਾਨੇ ਨਾ ਆ ਜਾਂਦਾ ਬੰਦਾ, ਨਾਲੇ ਛੁੱਟੀਆਂ ਸੀ ਦੋ ਤਿੰਨ ਹੁਣ ਨਿਆਣਿਆਂ ਨੂੰ। ਲਓ ਜੀ ਮਾਸੀ ਜੀ ਚਲੇ ਗਏ, ਰਾਣੀ ਭੈਣ ਤੇ ਬੀਬੀ ਚਾਹ ਪੀ ਰਹੇ ਸੀਗੇ, ਮੇਰੀ ਤਾਂ ਵਿਚਾਰੀ ਦੀ ਚਾਹ ਵੀ ਬੰਦ ਕਰਨੀ ਪੈ ਗਈ, ਦੇਖ ਲਾ ਮੋਟਾਪਾ ਕੀ ਕੁਛ ਕਰਾ ਦਿੰਦਾ, ਪਰ ਮੇਰਾ ਚਾਹ ਤਾਂ ਮੈਨੂੰ ਬਹੁਤ ਸਵਾਦ ਲੱਗਦੀ ਆ, ਪਰ ਹੁਣ ਮੈਂ ਪੀਂਦੀ ਨਹੀਂ ਹੈਗੀ, ਮੈਂ ਵੀ ਪੱਕੀ ਰਹੂੰਗੀ, ਇੱਕ ਮਹੀਨਾ ਤਾਂ ਇਹਨੂੰ ਪੂਰਾ ਕਰਕੇ ਰੱਖੂੰਗੀ ਹੁਣ ਜੋ ਮੈਂ ਕਰਦੀ ਹਾਂ। ਹਾਂ ਇਲਾਜ ਨਾਲ ਪਰਹੇਜ਼ ਚੰਗਾ, ਖਾਂਦੀ ਤਾਂ ਬੀਬੀ ਮੈਂ ਪਹਿਲਾਂ ਵੀ ਨਹੀਂ ਸੀ ਬਾਹਲਾ, ਪਤਾ ਨਹੀਂ ਕਿਉਂ ਕੀ ਚੱਕਰ ਆ। ਹਾਂ ਹੁਣ ਜਿਵੇਂ ਇੱਕ ਰੋਟੀ ਖਾਂਦੀ ਹੁੰਦੀ ਸੀ ਮੈਂ ਰਾਤ ਨੂੰ, ਅੰਨ ਹੀ ਲੱਗ ਜਾਂਦਾ, ਪਾਣੀ ਵੀ ਲੱਗ ਜਾਂਦਾ। ਹਾਂ ਚਲੋ ਜੀ ਮਾਸੀ ਜੀ ਚਲੇ ਗਏ, ਬੀਬੀ ਬੀਬੀ ਕੋ ਪੈਂਦੇ ਹੁੰਦੇ ਨੇ ਇੱਥੇ, ਹੁਣ ਅੰਮ੍ਰਿਤ ਉੱਧਰ ਭੱਜ ਜਾਂਦਾ ਏ ਸੀ 'ਚ, ਬੀਬੀ ਹੁਣ ਨਹੀਂ ਲਾਉਂਦੇ ਨਹੀਂ ਹੈਗੇ, ਬੀਬੀ ਉਹਨਾਂ ਨੇ ਤਾਂ ਆਪਦਾ ਕੂਲਰ ਕੱਢ ਲਿਆ, ਬਸ ਇਹੀ ਲਾਉਣਗੇ। ਹਾਂ ਉਹ ਤਾਂ ਉੱਧਰ ਹੁਣ ਸਾਡੇ ਕੋਲ ਪੈ ਜਾਂਦਾ, ਅਤੇ ਹੁਣ ਮਾਸੀ ਜੀ ਚਲੇ ਗਏ ਰਾਣੀ ਭੈਣ ਕੋਲ, ਬੀਬੀ ਬੀਬੀ ਕੋਲ ਸੱਚ ਰਾਣੀ ਭੈਣ ਆ ਗਈ, ਉਹ ਤਾਂ ਹੈਗਾ ਹੀ ਆ, ਹਰੇਕ ਦੀ ਆਪਦੀ ਜਗ੍ਹਾ ਹੁੰਦੀ ਆ ਜ਼ਿੰਦਗੀ ਦੇ ਵਿੱਚ, ਹਨਾ ਮਾਸੀ ਦੀ ਆਪਦੀ ਜਗ੍ਹਾ ਤੁਹਾਡੀ ਆਪਦੀ ਆ, ਲੈ ਮਾਸੀ ਜੀ ਬਾਲੀ ਦੇਰ ਨਹੀਂ ਰਹਿ ਰਹੇ ਹੈਗੇ ਉੱਥੇ, ਨਾ ਵਰਿੰਦਰ ਕਹਿੰਦੀ ਹੋਣੀ ਵੀ ਭੂਆ ਜੀ ਆ ਜਾ ਤੂੰ ਇੰਨਾ ਚਿਰ ਹੋ ਗਿਆ, ਹਨਾ ਵੀ ਆਈ ਨੂੰ, ਮਾਸੀ ਕਹਿੰਦੀ ਆ ਲੈ ਰਾਜਵੀਰ ਨਾਲ ਫਿਰ ਬਾਜ਼ਾਰ ਵੀ ਤਾਂ ਜਾਣਾ ਹੁੰਦਾ, ਮੈਂ ਤਾਂ ਆਪ ਇਹ ਗੱਲ ਤੇ ਰਾਣੀ ਭੈਣੇ ਦੇਖੋ ਹਨਾ, ਆਪਾਂ ਨੂੰ ਪਹਿਲਾਂ ਨੀ ਪਤਾ ਲੱਗਦਾ ਹੁੰਦਾ ਇਹਨਾਂ ਗੱਲਾਂ ਦਾ, ਹਨਾ ਹੌਲੀ ਹੌਲੀ ਆਪਾਂ ਨੂੰ ਆਪ ਹੀ ਪਤਾ ਲੱਗ ਜਾਂਦਾ, ਕਈ ਲੋਕ ਕਹਿ ਦਿੰਦੇ ਨੇ ਹਨਾ ਵੀ ਅਸੀਂ ਇੱਕ ਸੱਸ ਤੋਂ ਹੀ ਦੁਖੀ ਆ, ਹਨਾ ਮੈਨੂੰ ਦੋ ਦੀ ਵੀ, ਮੈਂ ਕਹਿੰਦੀ ਹਾਂ ਜੀ ਦੋ ਦੀ ਜਗ੍ਹਾ ਤਿੰਨ ਵੀ ਹੁੰਦੀ ਆ ਤਾਂ ਵੀ ਕੋਈ ਗੱਲ ਨਹੀਂ ਸੀ, ਬਿਜ਼ਨਸ ਵਾਲੀ ਗੱਲ ਨਹੀਂ ਹੈਗੀ ਰਾਣੀ ਭੈਣ, ਹੈ ਨਾ, ਹਾਂ ਬਿਜ਼ਨਸ ਵਾਲੀ ਗੱਲ ਨਹੀਂ ਹੈਗੀ ਵੀ ਜਿਵੇਂ ਹੁਣ ਅਸੀਂ ਆਪਸ ਦੇ ਵਿੱਚ ਸ਼ੁਰੂ ਤੋਂ ਹੀ ਆਏ ਰਹਿੰਦੇ ਹਾਂ, ਹਨਾ ਬਿਜ਼ਨਸ ਤਾਂ ਚਲੋ ਆਪਾਂ ਨੇ ਹੁਣ ਤੋਰਿਆ, ਹਨਾ ਹਾਂ ਸਾਰੀਆਂ ਉਂਗਲਾਂ ਨੇ ਇਹ ਕਿਹੜਾ ਬਰਾਬਰ ਨੇ ਗੀਆਂ, ਇਸੇ ਤਰ੍ਹਾਂ ਉਹ ਨੇ ਗੇ ਇਨਸਾਨ, ਆਪਾਂ ਇਹ ਪਰਮਾਤਮਾ ਦੇ ਬਣਾਏ ਹੋਏ ਨੇ, ਜਿਹਨੂੰ ਜਿਹੋ ਜਿਹੀ ਸੋਝੀ ਬਖਸ਼ੀ ਆ ਉਸ ਹਿਸਾਬ ਨਾਲ ਵਰਤੀ ਜਾਂਦਾ, ਹਨਾ
ਕਿਹੜੀ ਸਰਬਜੀਤ? ਹਾਂ ਸਰਬਜੀਤ। ਅੱਛਾ ਅੱਛਾ ਹਾਂ ਹਾਂ। ਇਹਦੀ ਮੰਮੀ ਦਾ ਦਿੱਤੀ ਕਿਹਦੀ ਕਹਿੰਦੀ ਹੁੰਦੀ ਹੈ ਉਹ 200 ਜੇ ਕੋਈ ਗੱਲ ਕਰਦੀ ਹੈ ਇਹਦੀ ਆਦਮੀ ਜਿੰਨਾ ਹੁੰਦਾ ਨਹੀਂ ਕਹਿੰਦੀ 200 ਸਾਲ 200 ਸਾਲ ਹੀ ਹਾਂ। ਮੈਂ ਤਾਂ ਕਹਿੰਦੇ ਆ ਪਰਮਾਤਮਾ ਜਿਹੋ ਜਿਹੀਆਂ ਸੱਸਾਂ ਮੈਨੂੰ ਮਿਲੀਆਂ ਨੇਗੀਆਂ ਸਭ ਨੂੰ ਇਹੋ ਜਿਹੀਆਂ ਦੇਵੇ, ਅਗਲਾ ਵੀ ਦੋ ਦੋ ਰੱਖੇ ਹੈ ਨਾ ਵੀ ਨਾ। ਹਾਂ ਉਹੀ ਆ ਸਕਾ ਤੇ ਦਿਹਾੜੀ ਵਧੀਆ ਨਿਕਲ ਜਾਂਦੀ ਹੈ ਨਾਲੇ ਇਹਨਾਂ ਦੀ ਨਾਲੇ ਮੇਰੀ। ਨਹੀਂ ਤੜਕੇ ਉੱਠ ਕੇ ਜੇ ਹੁਣ ਉਧਰੋਂ ਸੱਸ ਨਿਕਲੇ ਪਾ ਰੱਖਿਆ ਹੋਵੇ ਸੁੱਤੀ ਉੱਠੀ ਨੂੰਹ ਨੂੰ, ਉੱਧਰੋਂ ਜੇ ਕਿਸੇ ਨੂੰਹ ਨੇ ਪਾ ਰੱਖਿਆ ਹੋਵੇ ਕਲੇਸ਼ ਤੜਕੇ ਉੱਠਦੀ ਦਾ ਹੋ ਗਿਆ ਨਾ ਸਾਰਾ ਦਿਨ ਕੁੰਡਾ। ਲਓ ਜੀ ਹੁਣ ਮਾਸੀ ਜੀ ਚਲੇ ਗਏ, ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਅਸੀਂ YPS ਮਾਰਕੀਟ ਆਏ ਹੋਏ ਹਾਂ, ਉਹ ਟਿੱਕੀਆਂ ਦੀ ਨੀਰਜ ਦੀ ਹੈਗੀ ਆ ਫੇਮਸ ਇੱਥੇ ਟਿੱਕੀ ਔਰ ਗੋਲ ਗੱਪੇ, ਉਹ ਖਾਣ ਆਏ ਹੋਏ ਹਾਂ। ਬਾਕੀ ਲੱਲੀ ਛੱਲੀ ਪਿੱਛੇ ਬੈਠੀ ਆ, ਆਹ ਮੂਹਰੇ ਆ ਗਿਆ ਹੱਥ ਮੇਰਾ, ਆਹ ਦੇਖੋ ਗੱਡੀਆਂ ਲਾਉਣ ਨੂੰ ਜਗ੍ਹਾ ਨੀ ਮਿਲਦੀ ਹੈਗੀ। ਇਹ YPS ਮਾਰਕੀਟ ਆ, ਆ ਦੇਖੋ ਇੱਧਰ ਹੁਣ ਭਰਨ ਲੱਗ ਗਿਆ ਸਾਰਾ ਇੱਧਰਲੀ ਸਾਈਡ ਤੇ, ਹੁਣ ਪੁਲਿਸ ਵਾਲਿਆਂ ਨੇ ਆ ਜਾਣਾ ਇੱਥੇ ਇੱਧਰਲੇ ਪਾਸੇ ਜਿੱਧਰ ਆਪਣੀ ਗੱਡੀ ਲੱਗੀ ਹੈ, ਇੱਧਰ ਗੱਡੀ ਨਹੀਂ ਲਾਉਣ ਦਿੰਦੇ ਹੈਗੇ ਫਿਰ ਵੀ ਇੱਧਰ ਸਾਈਡ ਤੇ ਲਾਓ ਜਿਹੜੀ ਆਹ ਪਾਰਕਿੰਗ ਵਾਲੀ ਲਓ ਜੀ ਟਿੱਕੀ ਆ ਗਈ। ਮੈਂ ਤਾਂ ਖਾਣੀ ਨੀ ਹੈਗੀ, ਮੈਂ ਤਾਂ ਇੱਕ ਦੋ ਵਾਈਟਾਂ ਅੰਮ੍ਰਿਤ ਨਾਲ ਹੀ ਲਾਉਂਗੀ ਤੇ ਆਹ ਰਾਣੀ ਭੈਣ ਦੀ ਫੜਾਉਣੀ ਆ, ਉਹ ਆਦਵਿੰਦਰ ਨੂੰ ਨਾ ਗੋਲ ਗੱਪੇ ਖਵਾ ਰਹੇ ਨੇ ਪਹਿਲਾਂ ਤੇ ਕਹਿੰਦੇ ਤੂੰ ਮੂਹਰੇ ਰੱਖ ਦੇ, ਲਓ ਤੁਸੀਂ ਵੀ ਟੇਸਟ ਕਰੋ। ਆਹ ਗੋਲ ਗੱਪੇ ਵਾਲੀ ਤਾਂ ਵਿਹਲੀ ਕਰਤੀ ਤੇ ਟਿੱਕੀ ਵਾਲੀ ਹੁਣ ਉਹਨਾਂ ਨੂੰ ਫੜਾ ਦਿੰਦੇ ਆ, ਲਓ ਫੜੋ ਖੜ ਜਾ ਡਿੱਗਣਾ ਜਾਵੇ ਛੱਡ ਦੇ ਬਸ ਬਹੁਤ ਸਵਾਦ ਸੀ। ਦੋ ਚਮਚ ਇੱਕ ਮਿੰਟ ਖੜ ਜਾ ਇਹ ਮੈਂ ਖੜਾਉਂਦੀ ਆ ਤੈਨੂੰ।